इंटरव्यू कितने था? 150 मार्क्स था। तो 150 मार्क्स का ਤੁਹਾਡਾ ਇੰਟਰਵਿਊ ਜੋ ਕਿ ਫਾਈਨਲ ਸਟੇਜ ਆ ਪੀਸੀਐਸ ਨੂੰ ਕਲੈਕ ਕਰਨ ਲਈ। ਸੋ ਆ 150 ਮਾਰਕਸ ਨੇ ਦਿਓ। ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇਹਦੇ ਵਿੱਚ ਜੇ ਇਹਨੂੰ ਤੁਸੀਂ ਟਿਪਸ ਲੈ ਲਓ ਜਾਂ ਕੁਝ ਵੀ ਲੈ ਲਓ, ਇੱਕੋ ਚੀਜ਼ ਮੈਂ ਦੱਸ ਸਕਦਾ ਕਿ ਆ ਜਿਹੜੇ 150 ਮਾਰਕਸ ਹੈ ਨਾ, ਇਹ ਤੁਹਾਡੇ ਹੱਥ 'ਚ ਆ। ਤੁਸੀਂ 150 ਚੋਂ 130 ਪਲੱਸ ਵੀ ਲੈ ਸਕਦੇ ਜੇ, ਤੇ 90 ਮਾਈਨਸ ਤੁਸੀਂ ਉਦੋਂ ਲਓਗੇ ਜਦੋਂ ਤੁਸੀਂ ਆਪਣੇ ਆਪ ਤੇ ਬਿਲੀਵ ਨਹੀਂ ਕਰਦੇ। ਦੇਖੋ ਆ 150 ਦੇ ਵਿੱਚ ਸਿਰਫ ਤੇ ਸਿਰਫ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਸਕਦਾ ਆਪਣੇ 2 ਵਾਰ ਇੰਟਰਵਿਊ ਦਾ ਜੋ ਕਿ ਮੈਂ UPSC ਦਾ ਦਿੱਤਾ। ਉੱਥੇ ਜਦੋਂ ਵੀ ਤੁਸੀਂ ਇੰਟਰਵਿਊ 'ਚ ਪਹੁੰਚੋ, ਸਭ ਤੋਂ ਪਹਿਲਾਂ ਦੇ ਬੀ ਯੋਰਸੈਲਫ ਐਂਡ ਹੈਵ ਫੇਥ ਇਨ ਯੋਰਸੈਲਫ। ਕਦੀ ਵੀ ਕੋਈ ਕੁਐਸਚਨ ਦਾ ਜਵਾਬ ਕਿ ਯਾਰ ਉਹਨੇ ਟੌਪਰ ਨੇ ਆਹ ਆਨਸਰ ਦਿੱਤਾ ਸੀ ਮੈਂ ਵੀ ਆਹ ਦੇਣਾ, ਇਹ ਕਦੀ ਵਰਕਆਊਟ ਤੁਹਾਡੇ ਫੇਵਰ 'ਚ ਨਹੀਂ ਕਰੂਗਾ, ਕਦੀ ਵੀ ਨਹੀਂ। ਬਸ ਆਨੈਸਟ ਰਹੋ, ਜਿਹੜਾ ਕੁਐਸਚਨ ਤੁਹਾਨੂੰ ਆਉਂਦਾ ਆ ਉਹਦਾ ਖੁੱਲ੍ਹ ਕੇ ਆਨਸਰ ਦਿਓ, ਚੰਗੀ ਤਰ੍ਹਾਂ ਆਨਸਰ ਦਿਓ। ਤੇ ਜਿਹੜਾ ਨਹੀਂ ਆਉਂਦਾ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ, ਕੋਈ ਹੈਜ਼ਿਟੇਸ਼ਨ ਨਹੀਂ ਆ ਕਿ ਤੁਸੀਂ ਟੀਚਰ ਨੂੰ ਉੱਥੇ ਬੈਠੇ ਬੋਰਡ ਮੈਂਬਰ ਨੂੰ ਤੁਸੀਂ ਇਹ ਕਹਿ ਦਿਓ ਕਿ ਸਰ ਆਈ ਐਮ ਨੋਟ ਅਵੇਅਰ ਅਬਾਊਟ ਦਿਸ ਕੁਐਸਚਨ, ਆਈ ਐਮ ਹੈਵਿੰਗ ਨੋ ਆਈਡੀਆ ਅਬਾਊਟ ਦਿਸ। ਸੋ ਇੰਟਰਵਿਊ ਦੇ ਵਿੱਚ 150 ਮਾਰਕਸ ਦਾ, ਲੇਕਿਨ ਐਟ ਦ ਸੇਮ ਟਾਈਮ 150 ਤੋਂ ਤੁਸੀਂ ਕਿੰਨਾ ਸਕੋਰ ਕਰਦੇ ਜੇ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਕਿ ਤੁਸੀਂ ਇਹਨੂੰ ਇੱਕ ਤੇ ਨਿਊਜ਼ਪੇਪਰ ਰੀਡਿੰਗ ਆਪਣੀ ਰੈਗੂਲਰ ਰੱਖੋ।